ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਪਾਕਿਸਤਾਨ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਾਨਕ ਨਾਮਲੇਵਾ ਸੰਗਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਜੀ ਹਾਂ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਅੱਜ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ। ਜਾਣਕਾਰੀ ਮੁਤਾਬਕ ਇਸ ਯੂਨੀਵਰਸਿਟੀ 'ਤੇ ਕਰੀਬ 500 ਕਰੋੜ ਦੀ ਲਾਗਤ ਆਵੇਗੀ। ਇਹ ਯੂਨੀਵਰਸਿਟੀ ਉੱਤਰ ਪੂਰਬੀ ਪੰਜਾਬ ਸੂਬੇ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਸਥਾਪਿਤ ਕੀਤੀ ਜਾਵੇਗੀ, ਜੋ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਇਹ ਰਾਜਧਾਨੀ ਲਾਹੌਰ ਤੋਂ ਲਗਭਗ 75 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਵਿੱਦਿਅਕ ਸੰਸਥਾ ਦੀ ਸਥਾਪਨਾ ਕਰਨਾ ਬਾਬਾ ਗੁਰੂ ਨਾਨਕ ਜੀ ਨੂੰ ਸ਼ਰਧਾਂਜਲੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ, ਕਿਉਂਕਿ ਸਿੱਖਿਆ ਰਾਸ਼ਟਰਾਂ ਦੀ ਸਫਲਤਾ ਦੀ ਕੁੰਜੀ ਹੈ। ਦੱਸ ਦਈਏ ਕਿ ਅਗਲੇ ਮਹੀਨੇ ਪਾਕਿਸਤਾਨ ਸਿੱਖਾਂ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ ਰਿਹਾ ਹੈ, ਜੋ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸ ਵਿੱਚ ਜੋੜਦਾ ਹੈ। ਖਾਨ ਨੇ ਕਿਹਾ ਕਿ ਕਰਤਾਰਪੁਰ ਸਿੱਖਾਂ ਦਾ ਮਦੀਨਾ ਹੈ, ਜਦਕਿ ਨਨਕਾਣਾ ਉਹਨਾਂ ਲਈ ਮੱਕਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਹਿਣਾ ਹੈ ਕਿ ਰਿਸ਼ਤੇ ਕਿੰਨੇ ਵੀ ਤਣਾਅਪੂਰਨ ਹੋਣ, ਉਹ ਨਾਨਕ ਨਾਮਲੇਵਾ ਸੰਗਤਾਂ ਨੂੰ ਇੱਥੇ ਆਉਣ ਤੋਂ ਕਦੇ ਨਹੀਂ ਰੋਕਣਗੇ। ਆਓ ਸੁਣਾਉਂਦੇ ਹਾਂ ਇਸ ਮੌਕੇ ਇਮਰਾਨ ਖਾਨ ਵੱਲੋਂ ਹੋਰ ਕੀ ਕੁਝ ਕਿਹਾ ਗਿਆ। ਉਸਮਾਨ ਬੁਜ਼ਦਾਰ ਸਾਹਿਬ, ਸੀਐਮ ਪੰਜਾਬ, ਮੈਂ ਆਪਕੋ ਔਰ ਬ੍ਰਿਗੇਡੀਅਰ ਇਜਾਜ਼ ਸ਼ਾਹ ਸਾਹਿਬ ਆਪਕੋ ਖਾਸ ਤੌਰ ਪਰ ਅੱਜ ਮੁਬਾਰਕ ਦੇਤਾ ਹੂੰ। ਮੈਂ ਆਪਕੋ ਇਸ ਲਈ ਮੁਬਾਰਕ ਦੇਤਾ ਹੂੰ ਕਿ ਆਪਨੇ ਗੁਰੂ ਨਾਨਕ ਕੀ ਜੋ 550ਵੀਂ ਸਾਲ ਗਿਰਾ ਹੈ ਉਸਕੋ ਸਬਸੇ ਬੇਹਤਰੀਨ ਤਰੀਕੇ ਸੇ ਉਸਕੋ ਆਨਰ ਕੀਆ ਆਪਨੇ, ਤਾਲੀਮੀ ਇਦਾਰਾ ਬਣਾ ਕੇ। ਤੋ ਯੇ ਜੋ ਆਜ ਇੱਕ ਯੇ ਬਹੁਤ ਬੜਾ ਸਿੰਬੋਲਿਕ ਇੱਕ ਕਦਮ ਉਠਾਇਆ ਗਿਆ ਹੈ। ਗੁਰੂ ਨਾਨਕ ਕੀ 550ਵੀਂ ਸਾਲਗਿਰਾ ਪੇ ਇੱਕ ਯੂਨੀਵਰਸਿਟੀ ਕੀ ਆਜ ਆਪਣੇ ਬੁਨਿਆਦ ਰੱਖੀ ਹੈ, ਗੁਰੂ ਨਾਨਕ ਯੂਨੀਵਰਸਿਟੀ, ਜੋ ਇਨਸ਼ਾਅੱਲਾ ਜੋ ਆਪਕੇ ਅਜ਼ਾਇਮ ਹੈ ਕਿ ਇੱਕ ਐਸੀ ਯੂਨੀਵਰਸਿਟੀ ਹੋ ਜਿਧਰ ਹਮਾਰੇ ਸਿੱਖ ਬਰਾਦਰੀ ਕੇ ਦੁਨੀਆ ਸੇ ਵੀ ਲੋਕ ਯਹਾਂ ਕੇ ਪੜ੍ਹ ਸਕੇ, ਲੇਕਿਨ ਮੁਕਾਮੀ ਲੋਕ ਵੀ ਇਸ ਤਾਲੀਮ ਕਾ ਫਾਇਦਾ ਉਠਾ ਸਕੇ। ਕਿਉਂਕਿ ਮੈਨੇ ਆਪ ਦੇਖਾ ਕਿ ਇਨਫੋਰਮੇਸ਼ਨ ਟੈਕਨੋਲੋਜੀ ਔਰ ਜੋ ਸਾਇੰਸ ਔਰ ਟੈਕਨੋਲੋਜੀ ਜਿਸਮੇ ਨਈ ਟੈਕਨੋਲੋਜੀਜ਼ ਆ ਰਹੀ ਹੈ, ਵੋ ਵੀ ਆਪਣੇ ਇਸ ਯੂਨੀਵਰਸਿਟੀ ਕੇ ਅੰਦਰ ਰੱਖਾ ਹੁਆ ਹੈ, ਜੋ ਕਿ ਖਾਸ ਤੌਰ ਪਰ ਆਪਕੋ ਮੁਬਾਰਕ ਦੇਣਾ ਚਾਹਤਾ ਹੂੰ। ਔਰ ਮੈਂ ਆਜ ਚੀਫ ਮਿਨਿਸਟਰ ਸਾਹਿਬ ਆਪਕੋ ਯੇ ਕਹਿਣਾ ਚਾਹਤਾ ਹੂੰ ਕਿ ਜਿਤਨੀ ਔਕਾਫ ਕੀ ਜ਼ਮੀਨੇ ਹੈ ਜਿਨਕੇ ਉੱਪਰ ਬੇਦਰਦੀ ਸੇ ਕਬਜ਼ੇ ਹੋ ਰਹੇ ਹੈ, ਸਬਸੇ ਜ਼ਿਆਦਾ ਕਰਪਸ਼ਨ ਆਜ ਔਕਾਫ ਕੀ ਜ਼ਮੀਨੋ ਕੇ ਉੱਪਰ ਹੋ ਰਹੀ ਹੈ। ਮੈਂ ਯੇ ਚਾਹਤਾ ਹੂੰ ਕਿ ਜਿਤਨੀ ਵੀ ਬੜੀ ਬੜੀ ਦਰਗਾਹੇ ਹੈ ਯਹਾਂ, ਮਸਲਨ ਪਾਕਪਟਨ ਮੇਂ ਬਾਬਾ ਫਰੀਦ ਕੀ, ਹਰ ਦਰਗਾਹ ਕੇ ਪਾਸ ਔਕਾਫ ਕੀ ਜ਼ਮੀਨ ਕੇ ਉੱਪਰ ਯੂਨੀਵਰਸਿਟੀ ਬਣਾਈ ਜਾਏ। ਦੋ ਚੀਜ਼ਾਂ ਬਣਾਈ ਜਾਏ, ਯੂਨੀਵਰਸਿਟੀ ਔਰ ਹਸਪਤਾਲ। ਯੇ ਜ਼ਮੀਨੋ ਕਾ ਸਹੀ ਮਾਨੇ ਮੇਂ ਹਮਨੇ ਫਾਇਦਾ ਉਠਾਨਾ ਹੈ। ਯੇ ਜੋ ਬਜ਼ੁਰਗ ਥੇ, ਗੁਰੂ ਨਾਨਕ ਥੇ ਔਰ ਜੋ ਹਮਾਰੇ ਬਜ਼ੁਰਗ ਥੇ, ਜਿਸ ਤਰ੍ਹਾਂ ਬਾਬਾ ਫਰੀਦ, ਜਿਸ ਤਰ੍ਹਾਂ ਬੁਲੇ ਸ਼ਾਹ, ਯੇ ਸਾਰੇ ਬਜ਼ੁਰਗ ਇਨਸਾਨੀਅਤ ਕੇ ਲਈ ਆਏ ਥੇ। ਇਹਨੇ ਆਪਣੀ ਸਾਰੀ ਜ਼ਿੰਦਗੀ ਇਨਸਾਨੋ ਕੇ ਲਈ ਗੁਜ਼ਾਰੀ ਥੀ। ਦਾਦਾ ਸਾਹਿਬ, ਮੀਆਂ ਮੀਰ, ਯੇ ਵੋ ਲੋਕ ਥੇ ਜੋ ਇਸ ਆਪਣੀ ਜ਼ਿੰਦਗੀ ਕੇ ਮਿਸ਼ਨ ਪਛਾਣਤੇ ਥੇ ਕਿ ਅੱਲਾ ਨੇ ਇਨਸਾਨ ਕੋ ਦੁਨੀਆ ਮੇਂ ਭੇਜਾ ਇੱਕ ਮਕਸਦ ਸੇ ਹੈ, ਇਨਸਾਨੀਅਤ ਕੀ ਖਿਦਮਤ ਕਰਨਾ।
اور انہوں نے ساری زندگی انسانیوں کی خدمت کی. اس لیے آج کتنے سو سال ہوئے یہ دنیا سے پردہ کر چکے ہیں, اس کے باوجود لوگ ان سے پیار کرتے ہیں. لوگ آج بھی ان کی درگاہوں پہ آتے ہیں, دعائیں کرتے ہیں. اور اللہ نے ہمیں قرآن میں کہا ہے کہ عزت صرف میرے ہاتھ میں ہے. یہ جو عزت ہے یہ اللہ کی طرف سے آتی ہے, اور اللہ سب سے زیادہ عزت تو اس انسان کو دیتا ہے جو انسانیت کی خدمت کرتا ہے. دنیا میں بڑے بڑے امیر لوگ آ چکے ہیں. دنیا کی تاریخ کسی امیر انسان کو یاد نہیں کرتی اس کے جانے کے بعد, بلکہ اس کے بچے بھی بھول جاتے ہیں اس کو. لیکن دنیا یاد کرتی ہے ان لوگوں کو جو انسانوں کی خدمت کرتے ہیں. اور ہمارے نبی صلی اللہ علیہ وسلم وہ ایک ہم سب کے لیے مثال ہیں کہ وہ جب اس دنیا سے گئے تو انہوں نے تو آخری بھی جو ان کے پاس پیسے تھے وہ بھی بانٹ کے چلے گئے. لیکن آج بھی دنیا ان کے لیے قربان ہونے کے لیے تیار ہے. آج آپ مدینہ جائیں آپ کو پتا چلے گا لوگ کتنا عشق کرتے ہیں. تو میں جب یہ سنتا ہوں, یہ ہمارے کئی مخالف کہتے ہیں کہ جی دیکھیں ہندوستان نے اگر کشمیر پہ جو ظلم کر رہا ہے اور انتہا کا ظلم کر رہا ہے, وہ کہتے ہیں جی آپ نے یہ کرتارپور کا کوریڈور کیوں کھولا ہوا ہے. میں ان سب کو یہ چیز بتانا چاہتا ہوں, کرتارپور سکھ برادری کا مدینہ ہے, ننکانہ ان کا مکہ ہے. چاہے ہمارے جتنے بھی تعلقات خراب ہوں, ہمیں کبھی ان لوگوں کو جو عشق کرتے ہیں گرو نانک سے, کبھی ہمیں ان کو روکنا نہیں چاہیے. ان کے لیے ہمیں راستہ دینا چاہیے. اگر سعودی عربیہ کی جس بھی ملک سے مخالفت ہو, کسی بھی مسلمان ملک سے, لیکن وہ ان کو مکہ اور مدینہ آنے سے نہیں روکتے. تھانو دس دئیے کہ سری گرو نانک دیو جی دے 550ویں پرکاش دہاڑے نو مکھ رکھدے ہوئے ایئر انڈیا والوں بھی اٹوٹ شردھا دا پرگٹاوا کیتا گیا. ایئر انڈیا والوں اپنے جہازاں اتے ایک اونکار دا چن چھاپیا گیا. ایئر انڈیا دی اس فلائٹ دی شروعات 31 اکتوبر تو ہون جا رہی ہے, جو کہ امرتسر تو لنڈن تک چلے گی. ایئر انڈیا دی اس پہل تے سموہ نانک نام لیوا سنگتاں والوں ਧੰਨਵਾਦ ਵੀ ਕੀਤਾ ਜਾ ਰਿਹਾ ਅਤੇ ਸ਼ਲਾਘਾ ਵੀ ਕੀਤੀ ਜਾ ਰਹੀ ਹੈ. ਬਿਊਰੋ ਰਿਪੋਰਟ. ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀ ਵੈਬ ਟੀਵੀ.